ਅਸਲਾਮ ਅਲੈਕੁਮ ਦੋਸਤੋ, ਜਿਨ੍ਹਾਂ ਬਜ਼ੁਰਗਾਂ ਨੂੰ ਸਤਾਇਆ ਉਹਨਾਂ ਨੇ ਕਦੀ ਸੋਗਤ ਨਾ ਪਾਇਆ। ਦੇਖੋ ਜੀ ਬਜ਼ੁਰਗੋ, ਸ਼ਾਮ ਗੁੱਜਰ ਇੱਕ ਵਾਰ ਫਿਰ ਆਇਆ ਅਤੇ ਆਪਣਾ ਸੋਹਣਾ ਪਿੰਡ ਲੈ ਕੇ ਆਇਆ ਅਤੇ ਨਾਲ ਬਾਰਿਸ਼ ਦਾ ਮੌਸਮ ਵੀ ਲੈ ਕੇ ਆਇਆ। ਅਤੇ ਗੱਲ ਤੁਹਾਡੇ ਨਾਲ ਮੈਂ ਬੜਾ ਵਾਅਦਾ ਕੀਤਾ ਸੀ ਕਿ ਇੱਕ ਦਿਨ ਦਾ ਪੰਜਾਬੀ ਦਾ ਵਲੋਗ ਆਪਣੀ ਵਿਲੇਜ ਜ਼ੁਬਾਨ 'ਚ ਬੋਲਾਂਗਾ, ਅਤੇ ਅੱਜ ਦਾ ਉਹ ਦਿਨ ਆ ਗਿਆ। ਆਪਣੇ ਵਿਲੇਜ ਦੀ ਜ਼ੁਬਾਨ 'ਚ ਆਪਣਾ ਮੈਂ ਪੰਜਾਬੀ ਦਾ ਵਲੋਗ ਬਣਾਵਾਂਗਾ, ਅਤੇ ਤੁਸੀਂ ਨਾ ਕਮੈਂਟ ਵਿੱਚ ਦੱਸਣਾ ਕਿ ਇਹ ਸਹੀ ਬੰਦਾ ਜਾਂ ਮੈਂ ਪੰਜਾਬੀ ਵਲੋਗਿੰਗ ਸ਼ੁਰੂ ਕਰਦਾ। ਸੁਬਹਾ ਸੁਬਹਾ ਦੇ 8 ਵਜੇ ਦਾ ਟਾਈਮ ਹੈ ਅਤੇ ਹਲੇ ਲੋਕ ਜਿਹੜੇ ਆਏ ਨੇ ਉੱਠੇ ਪਏ ਨੇ। ਲੋਕ ਤਾਂ 6 ਵਜੇ ਉੱਠ ਜਾਂਦੇ ਆ, ਅਤੇ ਮਗਰ ਅੱਜ ਜਿਹੜਾ ਆਇਆ ਨਾ ਮੈਂ 7:30 ਉੱਠਿਆ। ਤੁਸੀਂ ਵੇਖ ਸਕਦੇ ਹੋ ਪੂਰਾ ਪਿੰਡ ਸਾਡਾ, ਇਹ ਪਿੰਡ ਹੈ ਸਾਡਾ। ਐਡਾ ਸੋਹਣਾ ਲੱਗਣ ਡਿਆ। ਗਾਈਸ, ਤੁਸੀਂ ਜਿਹੜਾ ਹੈ ਨਾ ਮੇਰੇ 60 ਸਬਸਕ੍ਰਾਈਬਰ ਹੋਣ ਨੂੰ ਬਸ 3 ਜਾਂ 2 ਕੁ ਸਬਸਕ੍ਰਾਈਬਰ ਰਹਿੰਦੇ ਆ। ਤੁਸੀਂ ਜਲਦੀ ਜਲਦੀ 60 ਸਬਸਕ੍ਰਾਈਬਰ ਕਰਾ ਦਿਉ ਅਤੇ ਫਿਰ ਮੈਂ ਇੱਕ ਹੋਰ ਵਲੋਗ ਬਣਾਊਂਗਾ, ਅਤੇ ਤੁਸੀਂ ਉਹਨੂੰ ਲਾਈਕ ਸਬਸਕ੍ਰਾਈਬ ਸਭ ਕੁਝ ਠੋਕਣਾ ਜੀ। ਉਹ ਵੇਖੋ ਸਾਡਾ ਪਿੰਡ, ਉਹ ਵੇਖੋ ਜੀ ਪਿੰਡ 'ਚ ਕਬੂਤਰ ਵੀ ਰੱਖੇ ਨੇ। ਗਾਈਸ ਵੇਖੋ ਨਾ ਜੰਗਲਾ ਲੱਭਣ ਡਿਆ ਤੁਹਾਨੂੰ ਕਬੂਤਰਾਂ ਦਾ, ਉਸ ਤੋਂ ਪਿੱਛੇ ਸਾਡਾ ਪਿੰਡ ਐਂਡ ਹੋ ਜਾਂਦਾ ਅਤੇ ਬਾਰਡਰ ਲਾਈਨ ਆ ਜਾਂਦੀ ਹੈ। 0 ਲਾਈਨ ਦਾ ਵੀ ਵਲੋਗ ਬਣਾਵਾਂਗੇ ਅਗਰ ਤੁਸੀਂ ਮੈਨੂੰ 60 ਸਬਸਕ੍ਰਾਈਬਰ ਕਰਾ ਦਿੱਤੇ। 0 ਲਾਈਨ 'ਤੇ ਜਾਵਾਂਗੇ ਅਸੀਂ ਬਾਰਡਰ ਦੀ, ਤੁਹਾਨੂੰ ਦੱਸਣਾ ਪਹਿਲੇ ਮੈਂ। ਅਤੇ ਅੱਜ ਦੀ ਗਾਈਸ ਅਸੀਂ ਟਿਊਬਵੈਲ 'ਤੇ ਵੀ ਨਹਾਉਣਾ ਸੀ ਅਤੇ ਅੱਜ ਜਾਵਾਂਗੇ ਵਲੋਗ ਸ਼ਲੋਗ ਬਣਾਵਾਂਗੇ। ਪਹਿਲੇ ਅੱਜ 3 ਘੰਟਿਆਂ 'ਤੇ ਸਬਸਕ੍ਰਾਈਬਰ ਕਰਾ ਦਿਉ। ਅੱਜ ਮੈਨੂੰ ਲੱਗਾ ਟਿਊਬਵੈਲ ਨਹੀਂ ਚੱਲਣਗੇ ਕਿਉਂਕਿ ਅੱਜ ਬਾਰਿਸ਼ ਹੋਣ ਡੀ ਹੈ ਨਾ, ਜੇ ਟਿਊਬਵੈਲ ਚੱਲੇ ਤੁਹਾਨੂੰ ਵੀ ਦੱਸਾਂਗੇ, ਖੁਦ ਵੀ ਦੇਖਾਂਗੇ ਅਤੇ ਬਾਕੀ ਜੀਓ। ਠੀਕ ਆ ਗਾਇਸ, ਅਤੇ ਤੁਸੀਂ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੋਣਾ। ਪਿੰਡ ਦਾ ਵਿਊ ਵੀ ਤੁਹਾਨੂੰ ਦੱਸ ਦਿੱਤਾ ਸਾਰਾ, ਇੱਕ ਵਾਰ ਫਿਰ ਦੱਸ ਦਿਉ। ਅਤੇ ਗਾਇਸ ਅੱਜ ਦਾ ਵਲੋਗ ਇੱਥੇ ਐਂਡ ਕਰਨੇ ਆ, ਉਮੀਦ ਹੈ ਕਿ ਤੁਹਾਨੂੰ ਇਹ ਵਲੋਗ ਚੰਗਾ ਲੱਗੇਗਾ। ਬਾਕੀ ਅੱਲਾ ਹਾਫਿਜ਼।